सत श्री अकाल, तुसीं देख रहे हो इंडिया न्यूज़ पंजाब ते मैं हां तुहाडे नाल परमजीत कौर। बुलेटिन की शुरुआत करते हैं, सचखंड श्री हरिमंदर साहब के साबका हैड ग्रंथी ज्ञानी जगतार सिंह जी अकाल चलाना कर गए हैं। ज्ञानी जगतार सिंह नूं अपनी रिहायश के विखे शाम के वेले दिल का दौरा पिया, जिसके करके वह अकाल चलाना कर गए। सो ज्ञानी जगतार सिंह जी का अंतिम संस्कार दोपहर 12 बजे इतिहासिक गुरुद्वारा संगराणा साहब विखे किया जाएगा। यह खबर सुनते ही श्री अकाल तख्त साहब के जथेदार ज्ञानी रघबीर सिंह जी उन्होंने रिहायश विखे पहुंचे। उन्होंने गुरु चरणों के अरदास की कि गुरु साहब उन्होंने अपने चरणों के निवास देण और परिवार को भाणा मनण का बल बख्शण। श्रोमणी गुरुद्वारा प्रबंधक कमेटी के प्रधान एडवोकेट हरजिंदर सिंह धामी ने भी गहरा दुख प्रगट किया। जो नहीं रहे हैड ग्रंथी ज्ञानी जगतार सिंह, सो अज उन्होंने अंतिम संस्कार किया जाएगा संगराणा साहब गुरुद्वारा साहब विखे। श्री दरबार साहब दे विच काफ़ी लंबे समय तो मुख ग्रंथी वजो अपन सेवावां देंदे सन। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਕ ਕੀ ਉੜਤ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਬਹੁਤ ਹੀ ਸਤਿਕਾਰਯੋਗ ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਜਿਨ੍ਹਾਂ ਨੇ ਲੰਬਾ ਅਰਸਾ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨ ਪਰਸੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੇਵਾ ਕੀਤੀ। ਗੁਰੂ ਕੇ ਭਾਣੇ ਅੰਦਰ ਅੱਜ ਜੋ ਸਵਾਸਾਂ ਦੀ ਪੂੰਜੀ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਸੀ, ਉਸ ਪੂੰਜੀ ਨੂੰ ਭੋਗਦਿਆਂ ਹੋਇਆਂ ਇਸ ਪਾਣੀ ਸੰਸਾਰ ਤੋਂ ਕੂਚ ਕਰ ਗਏ ਨੇ। ਗੁਰੂ ਚਰਨਾਂ ਵਿੱਚ ਅਰਦਾਸ ਹੈ ਕਿ ਸਤਿਗੁਰੂ ਸਦੀਵ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ, ਪਰਿਵਾਰ ਨੂੰ ਸਕੇ ਸੰਬੰਧੀਆਂ ਨੂੰ ਪਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ, ਔਰ ਉਹਨਾਂ ਵੱਲੋਂ ਕੀਤੀਆਂ ਹੋਈਆਂ ਪੰਥ ਦੀਆਂ ਜੋ ਵੱਡੀਆਂ ਸੇਵਾਵਾਂ ਨੇ ਉਹਨਾਂ ਨੂੰ ਪੰਥ ਹਮੇਸ਼ਾ ਯਾਦ ਰੱਖੇਗਾ। ਉਹਨਾਂ ਦੇ ਚਲੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਉੱਥੇ ਸਮੁੱਚੇ ਪੰਥ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ। ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਥਾਂ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਗੁਰਦੁਆਰਾ ਸੰਗਰਾਣਾ ਸਾਹਿਬ ਜੋ ਛੇਵੇਂ ਪਾਤਸ਼ਾਹ ਜੀ ਦਾ ਸਥਾਨ ਹੈ, ਉੱਥੇ ਸਿੰਘ ਸਾਹਿਬ ਜੀ ਦਾ ਸੰਸਕਾਰ ਕੱਲ੍ਹ ਨੂੰ ਦੁਪਹਿਰ ਦੇ ਠੀਕ 12 ਵਜੇ ਕੀਤਾ ਜਾਏਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਸੰਸਕਾਰ 'ਚ ਸ਼ਾਮਿਲ ਹੋਣਾ ਉਹ ਗੁਰਦੁਆਰਾ ਸੰਗਰਾਣਾ ਸਾਹਿਬ ਜੀ ਵਿਖੇ ਪਹੁੰਚ ਕੇ ਅਤੇ ਉੱਥੇ ਸੰਸਕਾਰ 'ਚ ਸ਼ਾਮਿਲ ਹੋਣ।